ਸਾਈਂ ਬਾਬਾ ਬੁੱਢਣ ਸ਼ਾਹ ਜਿਨ੍ਹਾਂ ਦੀ ਉਮਰ 802 ਸਾਲ 13 ਦਿਨ ਦੀ ਹੋਈ ਹੈ, ਜਿਹਦੇ ਵਿੱਚੋਂ 775 ਸਾਲ ਉਹਨਾਂ ਨੇ ਸਿਰਫ ਬੰਦਗੀ ਕੀਤੀ ਹੈ। ਸਾਈਂ ਬਾਬਾ ਬੁੱਢਣ ਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਬੰਦਗੀ ਕਰ ਰਹੇ ਹੈ ਅਤੇ ਬੱਕਰੀਆਂ ਰੱਖੀਆਂ ਹੋਈਆਂ ਸੀ। ਬੱਕਰੀਆਂ ਨੂੰ ਚਾਰਿਆ ਕੌਣ ਕਰਦਾ ਸੀ? ਕੌਣ? ਸ਼ੇਰ। ਆਹ, ਇੱਦਾਂ ਦੇ ਫਕੀਰਾਂ ਦੀ ਕਰਾਮਾਤ ਹੈ। ਜੇ ਆਪਾਂ ਕਿਸੇ ਬੰਦੇ ਨੂੰ ਕਹਿ ਦੇਵੇ ਨਾ ਬੱਕਰੀਆਂ ਚਾਰ ਕੇ ਲਿਆ, ਉਹ ਅੱਧੀਆਂ ਤਾਂ ਵੇਚ ਕੇ ਆਜੂਗਾ ਵਿੱਚ ਕਿ ਜੀ ਪਤਾ ਨਹੀਂ ਕੌਣ ਲੈ ਗਿਆ। ਪਰ ਸਾਈਂ ਬਾਬਾ ਬੁੱਢਣ ਸ਼ਾਹ ਦੀ ਬੰਦਗੀ ਇੰਨੀ ਸੀ ਕਿ ਸ਼ੇਰ ਬਾਬਾ ਜੀ ਦੇ ਹੁਕਮ ਨੂੰ ਮੰਨਦਾ, ਬੱਕਰੀਆਂ ਚਾਰ ਕੇ ਲਿਆਇਆ ਕਰਦਾ। ਬਹੁਤ ਮਿਹਰਬਾਨੀ ਵੀਰੇ, ਜਿਉਂਦੇ ਰਹੋ, ਅੰਮੀ ਸਰਕਾਰ ਤੁਹਾਡੇ ਮਨੋਂ ਕਾਮਨਾ ਪੂਰੀਆਂ ਕਰੇ। ਦਾਤਾ ਜੀ ਅਲੀ ਅਹਿਮਦ ਸ਼ਾਹ ਕਾਦਰੀ ਸਾਹਿਬ, ਸਾਡੇ ਅੰਮੀ ਜੀ ਸਾਬਰੀ ਜੀ, ਸਲਾਮ ਹੈ ਤੁਹਾਨੂੰ ਸਾਰਿਆਂ ਨੂੰ, ਇਹਨਾਂ ਸਰਕਾਰਾਂ ਨੂੰ। ਸਾਈਂ ਬਾਬਾ ਬੁੱਢਣ ਸ਼ਾਹ ਜੀ ਬੰਦਗੀ ਕਰਦੇ ਆ ਬੈਠੇ ਅਤੇ ਸ਼ੇਰ ਬੱਕਰੀਆਂ ਚਾਰ ਕੇ ਲਿਆਇਆ ਕਰਦਾ। ਕੌਣ ਕਹਿੰਦਾ ਕਿ ਸੁਣਦਾ ਨਹੀਂ ਦਾਤਾ, ਇਹ ਗੱਲ ਕੌਣ ਕਹਿੰਦਾ? ਅਸ਼ੋਕ ਜੀ, ਬਲਬੀਰ ਜੀ, ਇਹ ਗੱਲ ਕੌਣ ਕਹਿੰਦਾ ਵੀ ਦਾਤਾ ਫਰਿਆਦ ਨਹੀਂ ਸੁਣਦਾ? ਜੇ ਕੋਈ ਅੰਮੀ ਦੇ ਚਰਨਾਂ 'ਚ ਦੁਆ ਕਰੇ, ਇਹ ਕਿਵੇਂ ਹੋ ਸਕਦਾ ਅੰਮੀ ਫਰਿਆਦ ਨਹੀਂ ਸੁਣਨਗੇ? ਪਰ ਗੱਲ ਤਾਂ ਇਹ ਵੀ ਦੁਆ ਤੁਹਾਨੂੰ ਕਰਨੀ ਆਉਂਦੀ ਹੋਣੀ ਚਾਹੀਦੀ ਹੈ, ਤਾਂ ਦੁਆ ਉੱਥੇ ਤੱਕ ਪਹੁੰਚਣੀ। ਜਿਹੜਾ ਧਿਆਨ ਦਿਓ ਸਾਰੇ ਬਾਈ ਜੀ, ਉਹ ਕਵਾਲੀ ਜਿਹਨੂੰ ਬਹੁਤ ਵੱਡੇ ਵੱਡੇ ਮਾਣ ਹਾਸਲ ਹੈ, ਫਕੀਰ ਅੰਮੀ ਜੀ ਦੇ ਚਰਨਾਂ 'ਚ ਸਲਾਮ ਕਰ ਰਹੇ ਹਾਂ, ਸਾਰੇ ਫਕੀਰਾਂ ਨੂੰ ਮੈਂ ਵੀ ਵੈਲਕਮ ਕਹਿਣਾ। ਕੌਣ ਕਹਿੰਦਾ ਕਿ ਸੁਣਦਾ ਨਹੀਂ ਦਾਤਾ, ਉਹ ਦਾਤਾ ਧਰਮ ਰੱਖਦੇ ਲੱਜਾਂ ਪਾਲਦੇ ਨੇ, ਇੱਥੇ ਪੀਰ ਫਕੀਰ ਅਮੀਰ ਸਾਰੇ ਮਨ ਤਾਂ ਮੰਨਦੇ ਨੇ ਦੀਵੇ ਬਾਲਦੇ ਨੇ। ਪੀਰ ਹੋਰ ਵੀ ਦੁਨੀਆ 'ਤੇ ਹਨ, ਭਾਵੇਂ ਬੁੱਢਣ ਸ਼ਾਹ 'ਤੇ ਪੀਰ ਕਮਾਲਦੇ ਨੇ। ਉਹ ਬੜੀ ਨਿਜ਼ਾਮੀ ਅੱਲਾ ਦਾ ਸ਼ਾਨ ਵੇਖੋ, ਕਈਆਂ ਭੁੱਖਿਆਂ ਨੂੰ ਦਾਤਾ ਪਾਲਦੇ ਨੇ। ਤੁਹਾਨੂੰ ਤਾਂ ਆਪਣੇ ਬੱਚਿਆਂ ਦਾ ਫਿਕਰ ਹੋਏਗਾ ਵੀ ਰੋਟੀ ਕਮਾ ਕੇ ਲਿਆ ਕੇ ਦੇਣੀ ਹੈ, ਕਈਆਂ ਨੂੰ ਆਪਣੇ ਪਰਿਵਾਰ ਦਾ, ਆਪਣੇ ਨਗਰ ਦਾ। ਪਰ ਤੁਹਾਨੂੰ ਫਕੀਰ, ਤੁਹਾਨੂੰ ਸਰਕਾਰਾਂ ਜਿਨ੍ਹਾਂ ਨੂੰ ਪੂਰੀ ਦੁਨੀਆ ਦਾ ਫਿਕਰ ਹੈ, ਤਾਲੀ ਰੂਹ ਨਾ ਵਜਾਇਆ ਕਰੋ ਯਾਰ, ਹੁਣ ਤਾਂ ਬੜੀ ਗਰਮੀ ਹੈ। ਜੇ ਆਏ ਸੋਚ ਰਹੀ ਹੈ ਵੀ ਠੰਡ ਦਾ ਮੌਸਮ ਹੈ, ਦਸੰਬਰ ਜਨਵਰੀ ਹੈ, ਵੀ ਤਾਲੀ ਸਲੋ ਵੱਜਦੀ ਹੈ, ਤਾਂ ਵੀ ਗੱਲ ਹੈ, ਰੂਹ ਨਾ ਵਜਾਓ। ਜਿਹੜੇ ਗਾਣਿਆਂ ਦੀਆਂ ਤੁਹਾਡੀਆਂ ਲੜੀਆਂ ਨਾ, ਪਰਮੈਸ਼ਾ ਮੇਰੇ ਕੋਲ ਆ ਗਈਆਂ, ਪਰ ਮੈਂ ਗਾਊਂਗਾ ਤਾਂ ਜੇ ਤੁਸੀਂ ਰੂਹ ਨਾਲ ਤਾੜੀ ਵਜਾ ਕੇ ਨਾ ਫਕੀਰਾਂ ਦਾ ਖੁਸ਼ ਕਰੋ ਪਹਿਲਾਂ ਮਨ, ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ। ਬਹੁਤ ਮਿਹਰ, ਥੈਂਕ ਯੂ। ਦੁਆ ਪੂਰੀ ਹੋਏਗੀ, ਸਤਿਗੁਰੂ ਕਹਿੰਦੇ, ਮੈਂ ਨਹੀਂ ਕਹਿੰਦਾ, ਦਾਤਾ ਜੀ ਕਹਿੰਦੇ ਤੂੰ ਮੇਰਾ ਬਣ ਜਾ ਰੰਗੀਲਿਆ, ਅੰਮੀ ਜੀ ਕਹਿੰਦੇ ਤੂੰ ਮੇਰਾ ਬਣ ਜਾ, ਆ ਦੁਨੀਆ ਤੇਰੀ ਬਣ ਜਾਏਗੀ। ਗੱਲ ਤਾਂ ਇਹ, ਉਹਨਾਂ ਦਾ ਬਣਨਾ ਬੜਾ ਔਖਾ, ਉਹਦੇ ਉਹਨਾਂ ਦਾ ਬਣਨ ਲਈ ਕੀ ਕਰਨਾ ਪੈਣਾ? ਮੈਂ ਮੇਰੀ ਨੂੰ ਮਾਰ ਕੇ ਨਿੱਕਾ ਨਿੱਕਾ ਕੁੱਟ, ਮੈਂ ਇਹਨੂੰ ਖਤਮ ਕਰਦਾ। ਅਸ਼ੋਕ ਜੀ, ਮੈਂ ਮੇਰੀ ਨੂੰ ਮਾਰ ਕੇ ਉਹ ਨਿੱਕਾ ਨਿੱਕਾ ਕੁੱਟ, ਉੱਚੇ ਦਰਵਾਜ਼ੇ ਮੇਰੀ ਅੰਮੀ ਦੇ, ਸੱਜਣਾ ਨੀਵਾਂ ਹੋ ਕੇ ਲੁੱਟ, ਲੁੱਟ ਲੈ ਜਿੰਨਾ ਲੁੱਟ ਸਕਦਾ, ਕੋਈ ਕਮੀ ਨਹੀਂ ਹੈ ਇੱਥੇ, ਪਰ ਨੀਵਾਂ ਹੋ ਕੇ। ਇੱਕ ਵਾਰ ਦਾਤਾ ਅਲੀ ਅਹਿਮਦ ਦਾ ਬਣ ਤੇ ਸਹੀ, ਇੱਕ ਵਾਰ ਅੰਮੀ ਦਾ ਬਣ ਤੇ ਸਹੀ, ਮੂੰਹ ਮੰਗੀਆਂ ਮੁਰਾਦਾਂ ਪਾਵੇਗਾ। ਇੱਕ ਵਾਰ ਸਾਈਂ ਦਾ, ਇੱਕ ਵਾਰ ਸਾਈਂ ਦਾ, ਇੱਕ ਵਾਰ ਸਾਈਂ ਦਾ, ਵਾਰ ਸਾਈਂ ਦਾ, ਵਾਰ ਸਾਈਂ ਦਾ, ਇੱਕ ਵਾਰ ਸਾਈਂ ਦਾ ਬਣ ਤੇ ਸਹੀ, ਮੂੰਹਾਂ ਮੰਗੀ
बलबीर जी जे रहमत हो गई तेरे ते 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 हर थां ते नवाज़िया जावेगा एक बार साईं दा 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 हो बाबे बुढ़नी शाह गोलू गोलू राज भी सरदारी है कई बदल जिंदगी उसे दी इना नजर जी दे बल मारी है इना ऊंचे राजियां वालियां दी दरगाह विच भी सरदारी है कई बदल जिंदगी उसे दी इना नजर जी दे बल मारी है इस दर दा मंगता बन जा तू इस दर शाहां दा शाह अखवाल मेगा फर्शां उत्ते डिगियां दा ना अर्शां विच बचा दिंदे ओ तस्वीर बदल दी वेखी तू तस्वीर जद पीरां दा कहलावेगा इक बार साईं दा इक बार साईं दा सर तुसी मैनू आशीर्वाद दो तुसी मेरे तो वड्डे हो बहुत ज्यादा मैनू गल याद आ गई कि ग्यारहवीं वाली सरकार इस दर ते जो भी आ जावे ओनू थोड़ी कोई ना रहती है इस दर ते जो भी आ जावे ओनू थोड़ कोई ना सतने पाग जगा दे वे ए सारी दुनिया कहती है इस दर ते जो भी आ जावे उन थोड़ कोई ना रहती है सही सतने पाग जगा दे वे अम्मी सतने पाग जगा दे वे ए सारी
शफी मौका खुंज गया जे हथों शफी मौका खुंज गया जे हथों फिर बेले नो पछता मेरा अशोक जी बलबीर जी अम्मी जी साईं बाबा बुढ़ण शाह बंदगी करदे आ कीर्तपुर साहब की धरती से बैठे उन्हां दी मुलाकात साहब श्री गुरु नानक दे महाराज नाल होई पहली जोत नाल ध्यान दिओ जरा सार रोक के बाजी सुनने वाली इतिहासक गल है भैन जी प्लीज रौला नहीं किसी ने पाउणा फकीरां दा दरबार है सारा साल रौला ही पई जाऊगा घर नहीं तो भावें लूण मेरे पिछे लड़ाई होवे अदब करना सरकारां बैठियां ने साहब श्री गुरु नानक देव महाराज की मुलाकात बाबा बुढ़ण शाह जी के नाल होई नाल बाला मरदाना फकीर का आपो विच मिलाप होया दोस्तों किदां दा होएगा उस समा केड़ा दिन होगा कैसी प्यारी घड़ी होगी कि गुरु नानक देव पातशाह और साईं बुढ़ण शाह की मुलाकात हो रही बाबा जी ने बकरियां रखिया हुई दुध चोया दुध का कटोरा साहब श्री गुरु नानक देव पातशाह की खिदमत पेश किया लाओ सरकार दुध पियो गुरु नानक देव पातशाह कह लगे साईं जी तुहाडी सिर मत्थे सेवा ए दुध मेरे साथी बाला मरदाना पीणगे जो साडे हिस्से का दुध है जो साडी इमानत है सांभ के रख लियो छेवे जामे जाके पीवा तेनों बजी चलो छेवें जामे जाके पीवे पर साईं बुढ़ण शाह कहन लगे बाबा जी छेवें जामे च महाराज इन्ना चिर मैं दुध ही राखी किवें करा तुसी पता नहीं कदों आना छेवें जामे च सरकार मेरी किड्डी लंबी ड्यूटी ला दी मैं उन्ना चिर जिंदा रहांगा या ना साईं जी कहते गुरु नानक देव पातशाह इन्नी गल कह के अगे चले गए साईं जी ने एक मिट्टी की धरती वो धरती धरती दे विच कटोआ पुटिया दुध टाके रख दिता साहब श्री गुरु महाराज नानक देव जी की इमानत कह के दुध टाके रख दिता आप उत्थी बंदगी करन लग पए जदों छेवें जामे च आए ना सतगुरु अशोक जी बलबीर जी उदों तक समा पता किन्ना लंघ गया सी 121 साल बाद छेवीं जोत गुरु पातशाह आए उन्होंने भी अपने सपुत्र धन धन बाबा गुरदित्ता तीन दुनी का टिक्का जो बार मंगया सो बार दिता उन्हों की ड्यूटी लाई के बाबा जी जाओ साईं बुढ़ण शाह को साड़ी इमानत सामभ के रखी है दुध पियो उन्होंने मनोकामनावां पूरियां करो बाबा गुरदित्ता जी आए साईं जी बैठे रब रब करते हैं बंदगी करनी दुआ सलाम होई बाबा गुरदित्ता जी कहन लगे बाबा बुढ़ण शाह जी साईं जी तुहाडे को साड़ी इमानत पई आ दुध छका दिओ साईं जी कहिंदे मैं तुहानू पहचानिया नहीं क्योंकि साईं जी दीआं पलकां दे अखां दे वाल एडे एडे हो गए सी दोस्तो कि धरती नूं लगदे सी साईं जी ने जदों वाल हटा के वेख्या कहिंदे बाबा जी मैं तुहानूं पहचानिया नहीं गुरदित्ता जी कहन लगे बाबा जी कहिंदे भी तुहाडे नाल वादा होया सी छेवें जामे च दुध पीवांगे आके कहिंदे फिर ओहो ही रूप विखाओ जदों वादा होया सी दुध फिर पियावांगे साईं जी ने अखां मीटियां पातशाह ने ओहो ही रूप विखाया साईं जी निहाल हो गए उह जगह ते चले गए जिथे दुध रखिया सी धरती दे विच अल्लाह दा नां लै के उह जगह पुट्टी जदों दुध कढ़िया भैनों अजकल तुसी जे बॉयल करके उबाली देके दुध नूं फ्रीजर कर दिंदियां फ्रिज दे विच रख दिंदे आ वह 10-20-30 घंटे बाद खराब हो जाता है वह दुध काबल नहीं रहिंदा ना पीण दे ते ना किसे होर वस्तु दे पर बाबा बुढ़ण शाह दी बंदगी इन्नी सी
कि 121 साल बाद जदों दुध कढ़िया अशोक जी उस जगह चो तो दुध उदा का ही निकलिया दुध जिमें रखिया बाबा जी ने दुध छकिया निहाल हो गए। अज बाबा बुढ़ण शाह जी अर्थ का 2 साल 13 दिन की लंबी उम्र भोग के उत्थे ज्योति जोत समाए उत्थे रौजा बनिया होया कमाल दा लोकी आने मनोकामना पूरियां होंदियां ते सारे लोग उत्थे आके इको गल कहिंदे आ साईं बुढ़ण शाह पीरां दा पीर मेरा देवो सेवा दा मैनू संभाल जुम्मा 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 की हुंदा जुम्मा की हुंदा जुम्मा देवो सेवा दा मैनू संभाल जुम्मा एक जुम्मा दिन हुंदा जुमे रात जुम्मा दिन ओ जुम्मा नहीं जुम्मेवारी तारी जरा फकीरां दे नाल देवो सेवा दा मैनू संभाल जुम्मा अम्मी जी जिन्हां थावां ते बंदगी तू कीती ओ ना थावां नू सौ सौ वार चुम्मा हो तेरियां शेर बकरियां चार दासी ताइयों पंजां ने बे शुमार तुम्मा की तुम्मा पंजां ओ बड़ा अजब नजारा बड़ा अजब नजारा बड़ा अजब नजारा निसारे सारे माने दा निसारे सारे माने दा निदाने दाने माने दा निदाने दाने माने दा निदाने दाने माने दा निदाने निसारे सारे मारे सा निसारे सारे मारे सा निसारे सारे मारे सा निसारे सारे मारे सा पुमरे दा पुमरे मा पानी पानी पामा अरे मामा पापा मामा 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 दे 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 मामा पापा मामा अरे मामा पापा मामा मामा दे 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 मामा पापा मामा मामा दे 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 पापा मामा मामा दे 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 मारे सांप दे 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 पापा मामा मामा दे 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 मारे सांप कैसा अजब नजारा कैसा अजब नजारा मेरी सरकार दा होए बुढ़ण शादियां बकरियां शेर चार दा जी तेरे साईं दियां बकरियां शेर चार दा जी ओ शेर चार दा जी मेरे दादा दियां शेर चार दा जी बुढ़ण शाह कैसा अजब नजारा मेरी सरकार दा कैसा अजब नजारा ओ सरकार दा कैसा अजब नजारा 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 ओ कैसा अजब नजारा मेरी सरकार दा होए बुढ़ण शाह शेर चार दा जी मेरे साईं शेर चार दा जी मेरे शेर चार दा जी मेरे साईं ओ शेर चार दा जी मेरे ओ शेर चार दा पूरी साईं दी मुराद गुरु नानक ने कीती पूरी साईं दी मुराद दुद्ध आप अग पीता 121 साल बाद ओ गुरु नानक ने कीती पूरी साईं दी मुराद
दूध आप जाके पीता 121 साल बाद वो दूध आप जाके पीता 121 साल बाद ऊंचा रुतबा साईं दे ए ऊंचा रुतबा ऊंचे दरबार दा जी मेरे साईं ਇਹਦਾ ਨਾਂ ਹੋਇਆ ਨਾਲ ਦੇ ਦਿੰਦੇ ਐਨੀ ਬੰਦਗੀ ਸਾਈਂ ਦੀ ਆ ਕੇ ਮਿਲਿਆ ਖੁਦਾ ਐਨੀ ਬੰਦਗੀ ਸਾਈਂ ਦੀ ਆ ਕੇ ਮਿਲਿਆ ਖੁਦਾ ਐਨੀ ਬੰਦਗੀ ਹੋਣੀ ਚਾਹੀਦੀ ਹੈ ਅੰਮੀ ਸਰਕਾਰ ਜਿਵੇਂ ਕਰਦੇ ਆ ਦਾਤਾ ਅਲੀ ਅਹਿਮਦ ਸ਼ਾਹ ਇੰਨੀ ਬੰਦਗੀ ਕੀਤੀ ਕਿ ਖੁਦਾ ਨੂੰ ਥੱਲੇ ਆਉਣਾ ਪੈ ਗਿਆ ਬਤਾ ਤੇਰੀ ਰਜ਼ਾ ਕਿਆ ਹੈ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਇੰਨੀ ਬੰਦਗੀ ਸਾਈਂ ਦੀ ਆ ਕੇ ਮਿਲ ਜਾ ਖੁਦਾ ਪੁੱਛੀ ਜਾ ਕੀ ਤੇਰੀ ਏ ਰਜ਼ਾ ਉਹ ਭਲਾ ਮੰਗਿਆ ਸਾਈਂ ਨੇ ਭਲਾ ਮੰਗਿਆ ਸਾਈਂ ਨੇ ਭਲਾ ਮੰਗਿਆ ਸਾਈਂ ਨੇ ਭਲਾ ਮੰਗਿਆ ਸਾਈਂ ਨੇ ਸ਼ਫੀ ਸੰਸਾਰ ਦਾ ਗੋ ਮੇਰੇ ਸਾਈਂ ਸ਼ੇਰ ਚਾਰ ਦਾ ਜੀ ਬੁੱਢਣ ਸ਼ਾਹ ਸ਼ੇਰ ਚਾਰ ਦਾ ਜੀ ਮੇਰੇ ਸਾਈਂ 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 ਸ਼ੇਰ ਚਾਰ ਦਾ ਜੀ ਮੇਰੇ